ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ 17 ਅਗਸਤ ਨੂੰ ਪੰਜਾਬ ਦੇ ਮੰਤਰੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਗੱਲ ਦਾ ਐਲਾਨ ਲੁਧਿਆਣਾ ਦੇ ਇਸੜੂ ਭਵਨ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਮੀਤ ਸਿੰਘ ਕਾਂਦੀਆਂ ਆਦਿ ਨੇ ਕਿਹਾ ਕਿ ਵੱਖ ਵੱਖ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ, ਖੇਤਾਂ ਨੂੰ ਪਾਣੀ ਦੇਣ ਦੀ ਲੋੜ ਅਤੇ ਕਿਸਾਨ ਸਿਰ ਚੜ੍ਹੇ ਕਰਜ਼ੇ ਆਦਿ ਕਈ ਮੁੱਦਿਆਂ ਨੂੰ ਲੈ ਕੇ 17 ਅਗਸਤ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਦੌਰਾਨ ਉਹਨਾਂ ਨੇ ਦੋਸ਼ ਲਾਇਆ ਕਿ ਉਸ ਸਮੇਂ ਸਰਕਾਰਾਂ ਵੱਲੋਂ ਸੂਬੇ ਦੀ ਨਹਿਰੀ ਵਿਵਸਥਾ ਨੂੰ ਸੁਧਾਰਨ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਜਦੋਂ ਕੇਰਲ ਵਰਗੇ ਸੂਬੇ ਵਿੱਚ ਕਿਸਾਨਾਂ ਲਈ ਕਦਮ ਚੁੱਕੇ ਜਾ ਸਕਦੇ ਹਨ ਤਾਂ ਇੱਥੇ ਅਜਿਹਾ ਕਿਉਂ ਨਹੀਂ ਹੋ ਸਕਦਾ। ਉਹਨਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਸੰਘਰਸ਼ ਜਾਰੀ ਰੱਖਣ ਦੀ ਗੱਲ ਆਖੀ। ਅੱਜ SKM ਦੀ ਇੱਥੇ ਖਾਸ ਮੀਟਿੰਗ ਹੋਈ ਹੈ। ਮੁੱਖ 17 ਤਰੀਕ ਨੂੰ 12 ਤੋਂ 3 ਧਰਨੇ ਲਾ ਕੇ ਪੰਜਾਬ ਦੇ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਉਹਨਾਂ ਨੂੰ ਪੰਜਾਬ ਦੀਆਂ ਮੰਗਾਂ ਦੇ ਮੰਗ ਪੱਤਰ ਦਿੱਤੇ ਜਾਣਗੇ। ਜਿਹਦੇ 'ਤੇ ਵਿਚਾਰ ਹੋਇਆ ਉਹਦਾ ਮੰਗ ਪੱਤਰ ਤਿਆਰ ਕੀਤਾ ਗਿਆ ਅਤੇ ਮੰਗਾਂ ਦੇ ਉੱਤੇ ਵਿਸ਼ੇਸ਼ ਤੌਰ 'ਤੇ ਉਦਣ 3 ਘੰਟੇ ਲਈ ਉੱਥੇ ਡਿਸਕਸ਼ਨ ਹੋਊਗੀ ਉਹਨਾਂ ਦੇ ਮੰਤਰੀਆਂ ਦੇ ਬਾਹਰ, ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਗਲੀ ਲੜਾਈ ਲੜਨ ਜਾ ਰਹੀ ਹੈ SKM। ਉਹਦੇ 'ਤੇ ਅਸੀਂ ਪਹਿਲ ਤੌਰ 'ਤੇ ਲਿਖਤੀ ਰੂਪ 'ਚ ਸਰਕਾਰ ਨੂੰ ਦੇ ਰਹੇ ਹਾਂ ਜਿਹਦੇ 'ਤੇ ਉਹ ਧਿਆਨ ਦਿੱਤਾ ਜਾਵੇ, ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਅਲੱਗ ਅਲੱਗ ਤਰੀਕੇ ਨਾਲ ਮੂਹਰੇ ਆਉਣਗੀਆਂ ਉਹਦੇ ਨਾਲ ਅਸੀਂ ਪੇਸ਼ਕਾਰੀ ਸਰਕਾਰ ਤੋਂ ਮੰਗ ਕਰਾਂਗੇ। ਮੁੱਖ ਮੰਗਾਂ ਦੇ ਵਿੱਚ ਸਾਡਾ ਕਰਜ਼ਾ ਵੀ ਆ, ਜਿਹੜੀ ਵੀ ਪੰਜਾਬ ਪ੍ਰਤੀ ਸਾਡੀਆਂ ਮੰਗਾਂ ਨੇ ਉਹ ਮੰਗਾਂ ਉਹਦੇ ਵਿੱਚ ਪਾਈਆਂ ਜਾਣਗੀਆਂ ਸਾਰੀਆਂ। ਜਿਹੜਾ ਦਿੱਲੀ ਦੇ ਪ੍ਰਤੀ ਆ ਜਾਂ ਸੈਂਟਰ ਦੇ ਪ੍ਰਤੀ ਨਹੀਂ, ਇਕੱਲੀਆਂ ਸਟੇਟ ਦੀਆਂ ਮੰਗਾਂ ਸਟੇਟ ਵਾਈਜ਼ ਦੇ ਤੌਰ 'ਤੇ ਪਾਈਆਂ ਜਾਣਗੀਆਂ ਸਾਰੀਆਂ। ਨਹੀਂ, ਪਾਣੀਆਂ ਦੇ ਉੱਤੇ ਲੜਾਈ ਪੰਜਾਬ ਮੰਗ ਰਿਹਾ, ਪਾਣੀਆਂ ਦੀ ਹਰ ਤਰ੍ਹਾਂ ਦੀ ਲੜਾਈ ਆ, ਜਿਵੇਂ ਕਿ ਜਿਹੜੀ ਵੇਸਟੇਜ ਆਫ ਵਾਟਰ ਆ, ਵਾਟਰ ਪੋਲਿਊਸ਼ਨ ਆ, ਜਿਹੜਾ ਇੰਡਸਟਰੀਆਂ ਵੱਲੋਂ ਕੱਢਿਆ ਜਾ ਰਿਹਾ ਜਾਂ ਨਹਿਰੀ ਪਾਣੀ ਦਾ ਪ੍ਰਬੰਧ, ਅਤੇ ਜਾਂ ਜਿਹੜਾ ਵੀ ਕੋਈ ਹਿੱਸਾ ਬਣਦਾ ਪਾਣੀ ਦਾ, ਉਹਦੇ ਬਾਰੇ ਸਾਰੀਆਂ ਮੰਗਾਂ ਇਕੱਤਰ ਕਰਕੇ ਮੁੱਖ ਤੌਰ 'ਤੇ ਪਾਣੀ ਦੀ ਮੰਗੀ ਜਾਣਗੀਆਂ। ਸਰ, ਹਰਿਆਣੇ 'ਚ ਜਿਵੇਂ ਚੁਣਾਵ ਹੈਗੇ ਨੇ, SYO ਦਾ ਬੜਾ ਮੁੱਦਾ ਚੱਲਦਾ ਵਾ, ਉੱਥੇ ਹਰੇਕ ਨੂੰ ਦਿੱਤਾ ਜਾਂਦਾ ਵਾ SYO ਨੂੰ ਲੈ ਕੇ, ਕੀ ਉਸ ਨੂੰ ਲੈ ਕੇ ਵੀ ਅੱਜ ਕੋਈ ਵਿਚਾਰ ਕੀਤਾ ਗਿਆ ਕਿ ਪਾਣੀ ਹਰਿਆਣਾ ਨੂੰ ਦੇਣਾ? ਨਹੀਂ, ਇਹੋ ਜਿਹਾ ਕੋਈ ਵਿਚਾਰ ਹੀ ਦਿੱਤਾ ਗਿਆ। ਜਿਹੜਾ ਉਹ ਵਿਚਾਰ ਪਹਿਲਾਂ ਸਪਸ਼ਟ ਹੀ ਆ, ਪਹਿਲਾਂ SKM ਦਾ ਵੀ ਰਿਪੇਅਰੀਅਰ ਕਾਨੂੰਨ, ਜੇ ਕੋਈ ਫੈਸਲਾ ਹੁੰਦਾ ਦੋ ਭਰਾਵਾਂ ਦੇ ਵਿੱਚ ਜਾਂ ਸਟੇਟਸ ਦੇ ਵਿੱਚ ਹੁੰਦਾ ਫੈਸਲਾ, ਉਹ ਰਿਪੇਅਰੀਅਰ ਕਾਨੂੰਨ ਦੇ ਥਰੂ ਕੀਤਾ ਜਾਂਦਾ, ਉਹ ਉੱਦਾਂ ਕੀਤਾ ਜਾਵੇ। ਮੈਂ ਬਲਦੇਵ ਸਿੰਘ ਨਿਹਾਲਗੜ੍ਹ, ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ। ਅੱਜ ਦੀ ਇਸ ਜੋ ਸਾਡੀ ਹੈ ਪ੍ਰੈਸ ਕਾਨਫਰੰਸ, ਇਹਦੇ ਵਿੱਚ ਸਾਰੇ ਮੀਡੀਆ ਕਰਮੀਆਂ ਦਾ ਮੈਂ ਜੀ ਆਇਆਂ ਕਹਿੰਦਾ, ਧੰਨਵਾਦ ਕਰਦਾ। ਔਰ ਮੇਰੇ ਨਾਲ ਸਾਡੇ ਮੁੱਖ ਜਿਹੜੇ ਅੱਜ ਦੀ ਪ੍ਰਧਾਨਗੀ ਕਰ ਰਹੇ ਸੀ ਸਰਦਾਰ ਹਰਮੀਤ ਸਿੰਘ ਜੀ ਕਾਦੀਆਂ, ਉਹਨਾਂ ਦੇ ਨਾਲ ਹਰਜਿੰਦਰ ਸਿੰਘ ਜੀ ਟਾਂਡਾ, ਔਰ ਡਾਕਟਰ ਸਤਨਾਮ ਸਿੰਘ ਜੀ ਅਜਨਾਲਾ, ਔਰ ਕਮਲਪ੍ਰੀਤ ਸਿੰਘ ਜੀ ਪੰਨੂ, ਇਹ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹਾਂ। ਅਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਜ ਜਿਹੜੀ ਸਾਡੀ ਮੀਟਿੰਗ ਸੀਗੀ, ਇਹ 17 ਤਰੀਕ ਨੂੰ ਅਸੀਂ ਜਿਹੜਾ ਮੰਤਰੀਆਂ ਨੂੰ ਅਤੇ ਮੁੱਖ ਮੰਤਰੀ ਨੂੰ ਪੰਜਾਬ ਦਿਆਂ ਨੂੰ ਮੰਗ ਪੱਤਰ ਦੇਣੇ ਨੇ, ਉਹਦੇ ਸੰਬੰਧ ਦੇ ਵਿੱਚ ਉਹਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ, ਕਿਉਂਕਿ ਪਹਿਲਾਂ ਤੋਂ ਤੈਅ ਹੈ, ਇਸ ਕਰਕੇ ਉਹਦੀ ਤਿਆਰੀ 'ਚ ਕਿਤੇ ਕਮੀ ਨਾ ਰਹੇ, ਜਾਇਜ਼ਾ ਲੈਣ ਵਾਸਤੇ ਅਸੀਂ ਅੱਜ ਦੀ ਮੀਟਿੰਗ ਰੱਖੀ ਹੈ। ਔਰ ਜ਼ਿਲ੍ਹਾ ਪੱਧਰ 'ਤੇ ਕੱਲ੍ਹ ਨੂੰ ਮੀਟਿੰਗਾਂ ਜਿਹੜੀਆਂ ਸਾਡੀਆਂ ਕੋਆਰਡੀਨੇਸ਼ਨ ਕਮੇਟੀ ਦੀਆਂ SKM ਦੀਆਂ ਉਹ ਹੋਣਗੀਆਂ। ਔਰ ਮੁੱਖ ਮੰਗਾਂ ਜਿਵੇਂ ਤੁਸੀਂ ਗੱਲ ਕੀਤੀ ਹੈ, ਪਹਿਲੀ ਸਾਡੀ ਹੈਗੀ ਹੈ ਕਰਜ਼ਾ ਮੁਕਤੀ ਦੀ ਮੰਗ ਹੈ, ਕਿਉਂਕਿ ਜੇਕਰ ਪੰਜਾਬ ਸਰਕਾਰ ਵੀ ਚਾਹੇ ਤਾਂ ਉਹ ਆਪਣੇ ਤੌਰ 'ਤੇ ਵੀ ਬਹੁਤ ਫਸਲਾਂ ਦਾ ਸਾਨੂੰ ਜਿਹੜਾ ਹੈਗਾ ਦੇ ਸਕਦੀ ਹੈ MSP।
ਖਰੀਦ ਉਹਦੀ ਕਰ ਸਕਦੀ ਹੈ, ਜਿਵੇਂ ਕਿ ਕੇਰਲਾ ਦੇ ਵਿੱਚ ਵੀ ਸਰਕਾਰ ਕਰ ਰਹੀ ਹੈ ਫਲਾਂ ਅਤੇ ਸਬਜ਼ੀਆਂ 'ਤੇ, ਇਹ ਵੀ ਦੇ ਸਕਦੀ ਹੈ ਤਾਂ ਕਿ ਜਿਹੜਾ ਝੋਨੇ ਅਤੇ ਕਣਕ ਹੇਠੋਂ ਜਿਹੜਾ ਰਕਬਾ ਘਟਾਇਆ ਜਾ ਸਕੇ, ਹੇਠਲਾ ਧਰਤੀ ਹੇਠਲਾ ਪਾਣੀ ਆ ਉਹਨੂੰ ਬਚਾਇਆ ਜਾ ਸਕੇ ਔਰ ਬਿਜਲੀ ਦੀ ਖਪਤ ਵੀ ਘਟੇ, ਇਹ ਸਰਕਾਰ ਅੱਗੇ ਅਸੀਂ ਮੰਗ ਰੱਖਦੇ ਹਾਂ। ਅਤੇ ਦੂਸਰਾ ਸਾਡਾ ਹੈਗਾ ਕਰਜ਼ਾ ਮੁਕਤੀ। ਕਰਜ਼ਾ ਮੁਕਤੀ ਸਾਡਾ ਪੁਰਾਣਾ ਜਿਹੜਾ ਹੈਗਾ ਇਹ ਮੰਗ ਹੈ, ਕਿਉਂਕਿ ਪਿਛਲੇ ਸਮੇਂ ਦੀਆਂ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਦੇਸ਼ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ ਇਸ ਕਰਕੇ ਕਿਉਂਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਵੀ ਹੈ ਔਰ ਇੱਥੇ ਜਿਹੜੀ ਮਕੈਨਿਜ਼ਮ ਦੀ ਔਰ ਮਸ਼ੀਨੀਕਰਨ ਦੀ ਜਿਹੜੀ ਉਹ ਖੇਤੀ ਹੈ ਸਾਰੀ, ਇਸ ਲਈ ਬੜੀ ਖਰਚੀਲੀ ਹੈ ਅਤੇ ਉਹਦੇ ਵਿੱਚ ਸਾਨੂੰ ਜੇ ਵਾਜਬ ਭਾਅ ਨਹੀਂ ਮਿਲਦੇ, ਜੇ MSP ਜਿਹੜੀ ਹੈ C2+ 50% ਜਿਹੜਾ ਮੁਨਾਫਾ, ਤਾਂ ਉਹ ਜਿਹੜਾ ਹੈਗਾ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਨੇ ਔਰ ਕਿਉਂਕਿ ਉਹਨਾਂ ਦੇ ਕਰਜ਼ੇ ਦੀ ਪੰਡ ਹੈ ਜਿਹੜੀ ਵੱਡੀ ਭਾਰੀ ਹੈ। ਸੋ ਉਹਨੂੰ ਅਸੀਂ ਕਹਿੰਦੇ ਹਾਂ ਵੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਰਲ ਕੇ ਇਸ ਮਸਲੇ ਦਾ ਹੱਲ ਕਰੇ ਤਾਂ ਕਿ ਜਿਹੜੀ ਹੈ ਸਾਡਾ ਫੂਡ ਸਿਕਿਉਰਿਟੀ ਦਾ ਜਿਹੜਾ ਹੈ ਸਿਸਟਮ ਉਹਨੂੰ ਵੀ ਬਚਾਇਆ ਜਾ ਸਕੇ, ਕਿਉਂਕਿ ਜੇ ਅਸੀਂ ਸਾਡੇ ਕਿਸਾਨ ਸਿੰਘ ਕਰਜ਼ਾ ਹੋਊਗਾ ਤਾਂ ਮਤਲਬ ਸਾਡਾ ਉਹ ਅਨਾਜ ਦੀ ਪੈਦਾਵਾਰ ਪਛੜ ਜਾਊਗੀ, ਜਿਹਦੇ ਕਰਕੇ ਦੇਸ਼ ਦੀ ਜਿਹੜੀ ਅੰਨ ਸਮੱਸਿਆ ਵੀ ਖੜੀ ਹੋ ਸਕਦੀ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵੀ ਆਪਣੇ ਤੌਰ 'ਤੇ ਕੁਛ ਨਾ ਕੁਛ ਸਾਨੂੰ ਕਈ ਫਸਲਾਂ 'ਤੇ ਜਾਂ ਸਬਜ਼ੀਆਂ ਦੇ ਉੱਤੇ ਖਾਸ ਕਰਕੇ ਦੇਵੇ। ਔਰ ਅੱਗੇ ਸਾਡੀ ਹੈਗੀ ਹੈ ਵੀ ਦੁੱਧ ਦਾ ਜਿਹੜਾ ਮਿਲਕ ਫੈਡ ਹੈ ਉਹ ਇਸ ਵਕਤ ਕਰਪਸ਼ਨ ਦਾ ਵੱਡਾ ਅੱਡਾ ਬਣਿਆ ਹੋਇਆ, 1-2 ਨੂੰ ਛੱਡ ਕੇ ਸਾਰੇ ਜਿਹੜਾ ਵੇਰਕਾ ਦੇ ਪਲਾਂਟ ਨੇ ਉਹ ਸਾਰੇ ਘਾਟੇ ਚੱਲ ਰਹੇ ਨੇ। ਅਤੇ ਇਸੇ ਤਰ੍ਹਾਂ ਹੀ ਦੁੱਧ ਦੀਆਂ ਕੀਮਤਾਂ ਲੋਕਾਂ ਨੂੰ ਵਾਜਬ ਨਹੀਂ ਮਿਲ ਰਹੀਆਂ ਔਰ ਜਿੰਨੀ ਖਪਤ ਹੈ ਉਹਦੇ ਨਾਲੋਂ ਕਿਤੇ ਘੱਟ ਪੈਦਾਵਾਰ ਹੋ ਰਹੀ ਹੈ। ਔਰ ਇਹ ਸਮਝੋ ਕਿ ਸਿੰਥੈਟਿਕ ਜਾਂ ਬਣਾਵਟੀ ਜਿਹੜਾ ਦੁੱਧ ਹੈ ਉਹ ਬਾਜ਼ਾਰ ਦੇ ਵਿੱਚ ਆ ਰਿਹਾ ਹੈ, ਜਿਹਦੇ ਨਾਲ ਲੋਕਾਂ ਦੀ ਸਿਹਤ 'ਤੇ ਖਿਲਵਾੜ ਹੋ ਰਿਹਾ। ਇਹਨੂੰ ਵੀ ਜੰਗੀ ਪੱਧਰ 'ਤੇ ਸਖਤ ਕਦਮ ਚੁੱਕ ਕੇ ਜਿਹੜੀ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇ। ਇਸੇ ਤਰ੍ਹਾਂ ਹੀ ਹੋਰ ਮੰਗਾਂ ਨੇ ਜਿਵੇਂ ਕਿ ਪਾਣੀਆਂ ਦੀ ਵੱਡੀ ਸਮੱਸਿਆ ਹੈ। ਪਾਣੀਆਂ ਬਾਰੇ ਸਾਡਾ ਇਹ ਹੈ ਕਿ ਬਾਕੀ ਕਾਫੀ ਗੱਲ ਮੇਰੇ ਸਾਥੀ ਵੀ ਕਰਨਗੇ, ਮੈਂ ਉਹ ਥੋੜ੍ਹੀ ਦੱਸ ਦੇਣਾ ਚਾਹੁੰਦਾ ਕਿ ਪਾਣੀਆਂ ਜਿਹੜਾ ਸਾਡੇ ਕੋਲ ਪਾਣੀ ਪੰਜਾਬ ਕੋਲ ਹੈਗਾ ਉਹਦੀ ਵੀ ਅਸੀਂ ਵਰਤੋਂ ਸਾਡੀ ਸਰਕਾਰਾਂ ਜਿਹੜੀਆਂ ਹੁਣ ਤੱਕ ਰਹੀਆਂ ਨੇ ਜਾਂ ਅੱਜ ਦੀ ਹੈ ਕਰਨ ਦੇ ਵਿੱਚ ਅਸਮਰਥ ਰਹੀਆਂ ਨੇ, ਕਿਉਂਕਿ ਜਿਹੜੇ ਕਨਾਲ ਸਿਸਟਮ ਹੈ ਸਾਡਾ ਨਹਿਰਾਂ ਦਾ ਅਤੇ ਖਾਲਿਆਂ ਦਾ ਉਹ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ, ਕੋਈ ਨਵੀਆਂ ਨਹਿਰਾਂ ਨਹੀਂ ਕੱਢੀਆਂ ਗਈਆਂ ਨਾ ਪੁਰਾਣੀਆਂ ਨੂੰ ਜਿਹੜਾ ਰੈਨੋਵੇਟ ਕੀਤਾ ਗਿਆ, ਜਿਸ ਕਰਕੇ ਉਹ ਅੱਧਾ ਪਾਣੀ ਲੈ ਰਹੀਆਂ ਨੇ, ਸਾਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ। ਸਾਡੀ ਮੰਗ ਹੈ ਕਿ ਹਰ ਖੇਤ ਤੱਕ ਪਾਣੀ ਇਹ ਸਰਕਾਰ ਦੇਵੇ ਔਰ ਸਾਡਾ ਜਿਹੜਾ ਪਾਣੀਆਂ ਦਾ ਹੱਕ ਹੈ ਦਰਿਆਈ ਪਾਣੀਆਂ ਦਾ, ਜੇ ਉਹ ਘੱਟ ਹੈ ਤਾਂ ਰਿਪੇਰੀਅਨ ਜਿਹੜਾ ਸਿਧਾਂਤ ਹੈ ਉਹਦੇ ਅਨੁਸਾਰ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਹ ਹੱਕ ਵੀ ਸਾਨੂੰ ਮਿਲਣਾ ਚਾਹੀਦਾ ਤਾਂ ਕਿ ਜਿਹੜਾ ਪਾਣੀ ਦੀ ਮੰਗ ਹੈ ਉਹ ਪੂਰੀ ਹੋ ਸਕੇ। ਔਰ ਉਸ ਤੋਂ ਅਗਲਾ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਜਾ ਰਿਹਾ, ਜਿਵੇਂ ਇੱਥੇ ਦਾ ਬੁੱਢਾ ਨਾਲਾ ਲੁਧਿਆਣੇ ਦਾ ਜਿੱਥੇ ਅਸੀਂ ਬੈਠੇ ਹਾਂ ਉਹਦੇ ਵਿੱਚ ਸ਼ਹਿਰ ਦਾ ਸਾਰਾ ਜਿਹੜਾ ਗੰਦ ਮੰਦ ਅਤੇ ਹੋਰ ਕੈਮੀਕਲ ਜਿਹੜਾ ਫੈਕਟਰੀਆਂ ਦਾ ਜਿਹੜਾ ਹੈ ਜ਼ਹਿਰੀਲਾ ਅੰਸ ਉਹ ਸਾਰੇ ਉਹਦੇ ਵਿੱਚ ਜਾ ਰਹੇ ਨੇ, ਉਹ ਜਿਹੜਾ ਅੱਗੇ ਜਾ ਕੇ ਲੋਕ ਪੀਂਦੇ ਨੇ ਔਰ ਸਾਡੀਆਂ ਫਸਲਾਂ ਨੂੰ ਵੀ ਅਸੀਂ ਸਿੰਜਦੇ ਹਾਂ, ਸਾਡੇ ਪਸ਼ੂ ਵੀ ਪੀਂਦੇ ਨੇ, ਜਾਨਵਰ ਵੀ ਪੀਂਦੇ ਨੇ। ਸਮੱਸਿਆ ਇਹ ਬਣੀ ਹੋਈ ਹੈ ਕਿ ਸਾਡੇ ਕੈਂਸਰ ਦੀ ਬਿਮਾਰੀ, ਸਾਡੇ ਜਿਹੜਾ ਪੀਲੀਆ ਹੈਪੇਟਾਈਟਸ ਸੀ ਅਤੇ ਉਹ ਅਤੇ ਚਮੜੀ ਰੋਗ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਵੱਧ ਰਹੇ ਨੇ, ਅਸੀਂ ਇਹਨਾਂ ਰੋਗਾਂ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਪੰਜਾਬ ਬਣਦਾ ਜਾ ਰਿਹਾ। ਇਹ ਮੰਗਾਂ ਵੀ ਅਸੀਂ ਰੱਖੀਆਂ ਨੇ, ਹੋਰ ਜਿਵੇਂ ਬਾਰਡਰ ਏਰੀਆ ਮੰਗਾਂ ਨੇ, ਮੇਰੇ ਤੋਂ ਮੇਰੇ ਨਾਲ ਸਾਥੀ ਹਰਜਿੰਦਰ ਸਿੰਘ ਜੀ ਟਾਂਡਾ ਬੈਠੇ ਨੇ। ਮੈਂ ਹਰਜਿੰਦਰ ਸਿੰਘ ਟਾਂਡਾ, ਸੂਬਾ ਪ੍ਰਧਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ। ਅੱਜ ਅਸੀਂ ਪੰਜਾਬ SKM ਦੀ ਮੀਟਿੰਗ ਜਿਹੜੀ ਆ ਉਹ ਲਾਈ ਆ, ਜਿਹਦੇ ਵਿੱਚ ਅਸੀਂ ਪੰਜਾਬ ਦੇ ਜਿਹੜੇ ਸਾਡੇ ਕੁਝ ਪੁਰਾਣੇ ਚੱਲ ਰਹੇ ਮਸਲੇ ਆ ਉਹਨਾਂ 'ਤੇ
ਕੁਛ ਅਸੀਂ ਨਵੇਂ ਜਿਹੜੇ ਇਸ਼ੂ ਲਏ ਆ ਉਹਨਾਂ 'ਤੇ ਅਸੀਂ ਅੱਜ ਬੜਾ 3-4 ਘੰਟੇ ਵਿਚਾਰ ਵਟਾਂਦਰਾ ਕਰਕੇ ਅਤੇ ਅੱਜ ਅਸੀਂ ਉਸ ਜਿਹੜਾ ਅਸੀਂ 17 ਤਰੀਕ ਨੂੰ ਮੰਗ ਪੱਤਰ ਦੇ ਰਹੇ ਹਾਂ ਮੰਤਰੀਆਂ ਨੂੰ ਸਮੇਤ ਮੁੱਖ ਮੰਤਰੀ ਨੂੰ ਉਹਦੇ 'ਤੇ ਵਿਚਾਰ ਕਰਕੇ ਉਹਨੂੰ ਅੱਜ ਫਾਈਨਲ ਕੀਤਾ। 17 ਤਰੀਕ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਪੰਜਾਬ ਸਰਕਾਰ। ਹਾਂ, ਮੈਂ ਡਾਕਟਰ ਸਤਨਾਮ ਸਿੰਘ ਨਿਰਾਲਾ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ। ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਪਹਿਲਾਂ ਕਿਹਾ ਵੀ ਤੁਹਾਡਾ ਧੰਨਵਾਦ, ਅਸੀਂ ਤੁਸੀਂ ਤੁਹਾਨੂੰ ਬਹੁਤ ਵੇਟ ਕਰਨੀ ਪਈ ਆ, ਉਹਦੇ ਵਾਸਤੇ ਅਸੀਂ ਇਹ ਰਸਤਾ ਖਿਚਾਉਂਦੇ। ਵੇਖੋ, ਅੱਜ ਜਿਹੜਾ ਮੁੱਖ ਮੁੱਦਾ ਜਿਹੜਾ ਕੀਤਾ ਗਿਆ, ਅਸੀਂ 3-4 ਘੰਟੇ ਬੜਾ ਮੰਥਨ ਕੀਤਾ ਵਾ, ਮਧਾਣੀ ਪਾਈ ਆ, ਉਹਦੇ 'ਚ ਆ ਵੀ ਹਰ ਖੇਤ ਵਿੱਚ ਨਹਿਰੀ ਪਾਣੀ ਜਾਣਾ ਚਾਹੀਦਾ, ਹਰ ਘਰ ਵਿੱਚ ਸਵੱਛ ਪਾਣੀ ਹੋਣਾ ਚਾਹੀਦਾ। ਉਨਾ ਚਿਰ ਪੰਜਾਬ ਨਹੀਂ ਬਚ ਸਕਦਾ, ਹਿੰਦੁਸਤਾਨ ਨਹੀਂ ਬਚ ਸਕਦਾ, ਜਿੰਨਾ ਚਿਰ ਸਾਨੂੰ ਹਰ ਘਰਾਂ 'ਚ ਪਾਣੀ ਲੋੜ ਅਨੁਸਾਰ ਅਤੇ ਖੇਤਾਂ ਵਿੱਚ ਪਾਣੀ ਲੋੜ ਅਨੁਸਾਰ। ਇਹਦੇ ਲਈ ਅਸੀਂ ਅੱਜ ਪੰਜਾਬ ਦਾ ਜਿਹੜਾ ਪਹਿਲਾ ਪਾਣੀ ਆ ਉਹਦੇ ਲਈ ਅਸੀਂ ਕਹਿੰਦੇ ਹਾਂ ਵੀ ਇਨਫਰਾਸਟਰਕਚਰ ਹੈ। ਇਸ ਵੇਲੇ ਜਿਹੜੀ ਅਪਰ ਬਾਰੀ ਦੁਆਬ ਕਨਾਲ ਹੈ, ਮੈਂ ਮਾਝੇ 'ਚੋਂ ਆਇਆ ਵਾਂ, ਢਹਿ ਢੇਰੀ ਹੋਈ ਆ, 15,000 ਕਰੋੜ ਰੁਪਈਆ ਉਹਦੇ 'ਤੇ ਕੱਢ ਕੇ ਲਾਇਆ ਜਾਵੇ, ਸਾਰਾ ਮਾਝਾ 5-6 ਜ਼ਿਲ੍ਹਿਆਂ ਨੂੰ ਪਾਣੀ ਮਿਲ ਸਕਦਾ। ਰਾਵੀ 'ਚੋਂ 2 ਨਹਿਰਾਂ ਹੋਰ ਕੱਢੀਆਂ ਜਾ ਸਕਦੀਆਂ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਿਸ ਦੁਆਬ ਕਨਾਲ ਆ, ਉਹਨੂੰ ਡਬਲ ਕੀਤਾ ਜਾ ਸਕਦਾ। ਇੱਥੇ ਦਸ਼ਮੇਸ਼ ਨਗਰ, ਦਸ਼ਮੇਸ਼ ਕਨਾਲ ਜਿਹੜੀ ਆ, 15 ਸਾਲ ਹੋ ਗਿਆ ਸਰਵੇ ਰੋਪੜ ਦੇ ਵਿੱਚੋਂ ਕੱਢਣ ਦਾ, ਅਜੇ ਤੱਕ ਉਹਨਾਂ ਨੇ ਕੱਢੀ। ਇਸੇ ਤਰ੍ਹਾਂ ਹੀ ਇਹਨੇ ਨੰਗਲ ਤੋਂ ਇੱਕ ਨਹਿਰ ਕੱਢ ਕੇ ਕੀਤੀ ਜਾਵੇ। ਕੰਢੀ ਦੀ ਜਿਹੜੀ ਕਨਾਲ ਆ ਉਹ ਅੱਧ ਵਿੱਚ ਘਲਿਆਰੀ ਇਹਨਾਂ ਨੇ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜੇ ਇਸ ਵੇਲੇ ਹਿਊਮਨ ਬੀਇੰਗ ਨੂੰ ਬਚਾਉਣਾ ਵਾ, ਕਾਇਨਾਤ ਨੂੰ ਬਚਾਉਣਾ ਵਾ, ਪਾਣੀ ਸਾਡੀ ਸਭ ਤੋਂ ਮੁੱਢਲੀ ਲੋੜ ਆ। ਇਹਦੇ ਤੋਂ ਬਗੈਰ ਨਾ ਇਨਸਾਨ ਰਹਿ ਸਕਦਾ, ਨਾ ਫਸਲਾਂ ਰਹਿ ਸਕਦੀਆਂ, ਨਾ ਕਾਇਨਾਤ ਰਹਿ ਸਕਦਾ, ਨਾ ਵਾਤਾਵਰਣ ਹੀ ਚੰਗਾ ਮਿਲ ਸਕਦਾ। ਸੋ ਇਸ ਕਰਕੇ ਪਹਿਲਾਂ ਅਸੀਂ ਇਹ ਕੀਤਾ। ਦੂਸਰੀ ਸਾਡੀ ਮੰਗ ਆ ਵੀ ਪੰਜਾਬ ਦੇ ਵਿੱਚ ਬਾਸਮਤੀ, ਪਾਕਿਸਤਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਬਾਸਮਤੀ ਇੱਥੇ ਹੁੰਦੀ ਹੈ। ਅਸੀਂ ਕਹਿੰਦੇ ਵੀ ਬਾਸਮਤੀ ਦਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕੇਂਦਰ ਨੂੰ ਅਜੇ ਛੱਡੋ, ਇਹ ਪੰਜਾਬ ਸਰਕਾਰ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ ਵੀ ਅਸੀਂ ਇੱਥੇ ਮਿਨੀਮਮ ਸਪੋਰਟ ਪ੍ਰਾਈਸ ਦੇਵਾਂਗੇ, ਉੱਤੋਂ ਭੱਜ ਗਈ। ਅੱਜ ਵੀ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਦੇਣ, ਪਾਣੀ ਦੀ ਸਮੱਸਿਆ ਹੱਲ ਹੋ ਜਾਂਦੀ ਹੈ। ਬਹੁਤ ਏਰੀਆ ਉਹਦੇ ਥੱਲੇ, ਮੈਂ ਕਹਿਣ ਨੂੰ ਤਿਆਰ ਹਾਂ, 1,500,000 ਹੈਕਟੇਅਰ ਏਰੀਆ ਜਿਹੜਾ ਨਾ, ਜਿਹੜਾ ਟੋਟਲ ਆ 30-31 ਚੋਂ, ਇਹ ਬਾਸਮਤੀ ਥੱਲੇ ਆ ਸਕਦਾ। ਇਹਦੇ ਨਾਲ ਹੀ ਇਹਨੇ ਡਾਈਵਰਸੀਫਿਕੇਸ਼ਨ ਦਾਲਾਂ ਵਗੈਰਾ ਦੇ ਉੱਤੇ ਖਰੀਦ ਕਰੇ। ਆ ਪਿਛਲੇ ਸਾਲ ਇਹਨਾਂ ਕਿਹਾ ਵੀ ਮੂੰਗੀ ਬੀਜੋ ਹੀ ਲਵਾਂਗੇ, ਕਿਸੇ ਨੇ ਲਈ ਐਤਕੀ 1,00,000 ਜਿਹੜੇ ਆ ਕੁਇੰਟਲ ਇੱਥੇ ਦਾਲਾਂ ਆਈਆਂ ਨੇ ਜਗਰਾਓਂ ਮੰਡੀ ਦੇ ਵਿੱਚ, ਕੋਈ ਖਰੀਦਦਾਰ ਨਹੀਂ ਹੋਈ, ਪ੍ਰਾਈਵੇਟ ਲੈ ਗਏ ਉਹਨਾਂ ਨੂੰ। ਸੋ ਇਸ ਕਰਕੇ ਅੱਜ ਦੇ ਵਿੱਚ ਅਸੀਂ ਇਹ ਮੰਥਨ ਕੀਤਾ, ਨਾਲ ਇਹ ਕੀਤਾ ਵੀ ਸੂਬਿਆਂ ਦੇ ਜਿਹੜੇ ਅਧਿਕਾਰ ਕੇਂਦਰ ਖੋਈ ਜਾਂਦਾ ਵਾ, ਜਿਸ ਤਰ੍ਹਾਂ ਮੇਰੇ ਸਾਥੀ ਨੇ ਗੱਲ ਕੀਤੀ ਆ, ਕੋਪਰੇਟਿਵ ਸਿਸਟਮ ਨੂੰ ਲੈ ਗਿਆ ਅਮਿਤ ਸ਼ਾਹ, ਉਹਨੇ ਮੰਤਰਾਲਾ ਲੈ ਲਿਆ ਕੋਪਰੇਟਿਵ ਬੈਂਕਾਂ ਦਾ। ਅੱਜ ਬੈਂਕ ਜਿਹੜੇ ਸਾਡੇ ਕੋਲ ਨਹੀਂ ਰਹੇ, ਕਿੱਥੇ ਚਲੇ ਗਿਆ, ਦਿੱਲੀ ਚਲੇ ਗਿਆ। ਸੋ ਇਸ ਕਰਕੇ ਅਸੀਂ ਮੰਗਾਂ, ਨਾਲ ਹੀ ਕਿਹਾ ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋ ਗਏ ਆ, ਉਹਨਾਂ ਦਾ ਪੰਜਾਬ ਸਰਕਾਰ ਮੰਨੀ ਸੀ, ਚੰਨੀ ਨੇ ਉਹਦਾ ਡਾਇਗਨੋਜ ਵੀ ਕੀਤਾ ਸੀ ਵੀ ਅਸੀਂ ਬਣਾਵਾਂਗੇ। ਅਸੀਂ ਇਹਨੇ 5 ਏਕੜ ਦੇ ਵਿੱਚ ਕੋਈ ਪੰਜਾਬ ਦਾ ਸੈਂਟਰ ਮਿਥ ਕੇ ਉੱਥੇ ਇੱਕ ਬਹੁਤ ਵੱਡਾ ਮਿਊਜ਼ੀਅਮ ਉਹਨਾਂ ਦੀ ਜਿਹੜੀ ਆ ਉਸਾਰੀ ਕੀਤੀ ਜਾਵੇ, ਆਉਣ ਵਾਲੇ ਪੀੜ੍ਹੀਆਂ ਨੂੰ ਪਤਾ ਲੱਗੇ
ਜਿੱਥੋਂ ਤੱਕ ਕਰਜ਼ੇ ਦੀ ਮਾਲਿਆ ਨਿਹਾਲ ਸਿੰਘ ਵਾਲਾ ਨੇ ਕਿਹਾ, ਆਪਣੇ ਨਿਹਾਲਗੜ੍ਹ ਨੇ ਕਿਹਾ ਵਾ ਕਰਜ਼ਾ ਸਾਡੇ 'ਤੇ ਨਹੀਂ ਚੜਿਆ। ਕਰਜ਼ਾ ਕਿਹੜੇ ਚੜਾਉਣ ਵਾਲੇ? 5250 ਕਰੋੜ ਆ ਦਾਨੀ ਦੇ ਮੁੰਡੇ 'ਤੇ ਲੱਗਾ। ਲੱਗਾ ਕਿ ਨਹੀਂ ਲੱਗਾ? ਤੁਸੀਂ ਵੇਖਿਆ 60 ਕਰੋੜ ਦੀ ਘੜੀ ਬੰਨੀ ਫਿਰਦਾ। ਸਾਨੂੰ ਕਹਿੰਦੇ ਤੁਸੀਂ ਵਿਆਹਾਂ ਦੇ ਵਿੱਚ ਜਿਹੜਾ ਰਲ ਕੇ ਅਤੇ ਕਰਜ਼ਾ ਪਾਉਣ ਡਿਆ ਜੇ, ਸਾਡੇ ਦੇ ਵਿਚਾਰਿਆਂ ਦੇ ਸਾਦੇ ਵਿਆਹ ਹੁੰਦੇ ਆ। ਕਰਜ਼ਾ ਕਿੱਥੋਂ ਚੜਿਆ ਵਾ? ਪਿਛਲੀਆਂ 15 ਸਾਲਾਂ ਵਿੱਚ ਸਾਨੂੰ ਜਿਹੜੀ MSP ਨਹੀਂ ਮਿਲੀ 23 ਫਸਲਾਂ ਦੀ, ਉਹਦੇ ਤੋਂ ਘੱਟ ਐਤਕੀ ਪੰਜਾਬ 'ਚ ਮੱਕੀ ਬੜੀ ਹੋਈ ਆ। ਮੱਕੀਆਂ ਦੀ ਮੰਡੀ 'ਚ ਅਸੀਂ ਗਏ ਹਾਂ, ਮੈਂ ਤੁਹਾਨੂੰ ਅੰਮ੍ਰਿਤਸਰ ਦੀ ਉੱਥੇ ਮੰਡੀ ਦੀ ਗੱਲ ਕਰਦਾ। ਮੱਕੀ ਐਂ ਪਈ ਸੀ ਜਿਸ ਤਰ੍ਹਾਂ ਵਿਛੀ ਆ, ਪਰ ਉਹਦਾ ਜਿਹੜਾ ਭਾਅ ਸੀ 2090 ਰੁਪਏ, 1700-1800 ਤੋਂ ਵੱਧ ਨਹੀਂ ਲੱਗੀ। ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਅਸੀਂ ਕਹਿੰਦੇ ਹਾਂ, ਕੇਰਲਾ ਵੱਲ ਵੇਖੋ, ਦੱਖਣ ਦੇ ਵਿੱਚ ਉਹਨਾਂ ਨੇ ਲੱਕੜਾਂ ਦਾ ਭਾਅ, ਉਹਨਾਂ ਨੇ ਸਬਜ਼ੀਆਂ ਦਾ ਭਾਅ, ਉਹਨਾਂ ਨੇ ਫਲਾਂ ਦਾ ਭਾਅ, ਉਹਨਾਂ ਨੇ ਉੱਥੇ ਜਿਹੜੀ ਕਾਲੀ ਮਿਰਚ ਹੁੰਦੀ ਉਹਦਾ ਭਾਅ। ਇੱਥੇ ਕਿਉਂ ਨਹੀਂ ਸੂਬਾ ਸਰਕਾਰ ਜਿਹੜੀ ਆ ਸਾਰੀਆਂ ਜਿਹੜੀਆਂ ਇਹ ਕਰਦੀ? ਅੱਜ ਮੈਂ ਕਹਿਣਾ ਚਾਹੁੰਦਾ, ਜਿਹੜੀ ਮੰਗਿਆਈ ਆ ਤੁਹਾਡੇ ਰਾਹੀਂ, ਉਹ ਆਓ ਲੋਕੋ ਇਕੱਠੇ ਹੋ। ਮੰਗਿਆਈ ਜਿਹੜੀ ਆ ਕਿਸਾਨ ਨਹੀਂ ਵਧਾਉਂਦਾ, ਮੰਗਿਆਈ ਜਿਹੜੀ ਆ ਸਰਕਾਰ ਵਧਾਉਂਦੀ ਆ। ਆਲੂ ਦੇ ਦਿਓ ਸਾਨੂੰ 12 ਰੁਪਈਏ, ਮੈਂ ਵਹਿਦਾ ਕਹਿੰਦਾ ਸਾਰੇ ਜਿਹੜੇ ਲੋਕ ਆਲੂ ਦੇਣਗੇ, ਮੁੜ ਕੇ ਸਾਰਾ ਸਾਲ 17-18 ਰੁਪਈਏ ਲੋਕਾਂ ਨੂੰ ਆਲੂ ਦਿਓ। ਇਸੇ ਤਰ੍ਹਾਂ ਬਾਕੀ ਫਸਲਾਂ ਵਾਂ, ਜੇਕਰ ਜਿਹੜੀ ਆ ਸੂਬਾ ਸਰਕਾਰ ਆਵੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੇਵੇ, ਆਉਣ ਵਾਲੇ ਸਮੇਂ 'ਚ ਕਹਿੰਦਾ ਨੌਜਵਾਨ ਕੋਈ ਬੇਰੁਜ਼ਗਾਰ ਨਹੀਂ ਰਹੂਗਾ, ਕੋਈ ਭ੍ਰਿਸ਼ਟਾਚਾਰ ਨਹੀਂ ਰਹੂਗਾ। ਇਹ ਅਸੀਂ ਕਹਿਣਾ ਚਾਹੁੰਦੇ ਹਾਂ।